ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਹਾਂ ਇੱਕ ਪਵਿੱਤਰ ਧਰਤੀ 'ਤੇ ਜਿਸ ਦਾ ਨਾਮ ਹੈ ਫਤਿਹਗੜ੍ਹ ਸਾਹਿਬ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਦੇ ਨਾਮ 'ਤੇ ਇਸ ਸ਼ਹਿਰ ਦਾ ਨਾਂ ਰੱਖਿਆ ਗਿਆ, ਜਿਨ੍ਹਾਂ ਦਾ ਨਾਮ ਸੀ ਬਾਬਾ ਫਤਿਹ ਸਿੰਘ ਜੀ। ਮੈਂ ਇਸ ਸਮੇਂ ਮੌਜੂਦ ਹਾਂ ਆਮ ਖਾਸ ਬਾਗ ਦੇ ਵਿੱਚ। ਇਸ ਦੇ 3 ਸ਼ਬਦਾਂ ਦੇ ਵਿੱਚ ਹੀ ਇਸ ਬਾਗ ਦੀ ਸਾਰੀ ਪਹਿਚਾਣ ਹੈ। ਆਮ ਦਾ ਮਤਲਬ ਹੈ ਕਿ ਇਹ ਆਮ ਲੋਕਾਂ ਨਾਲ ਸੰਬੰਧਿਤ ਸੀ, ਖਾਸ ਦਾ ਮਤਲਬ ਹੈ ਕਿ ਇਹ ਖਾਸ ਲੋਕਾਂ ਦੇ ਨਾਲ ਸੰਬੰਧਿਤ ਸੀ, ਅਤੇ ਬਾਗ ਦਾ ਮਤਲਬ ਹੈ ਕਿ ਇਹ ਆਮ ਅਤੇ ਖਾਸ ਜਿਹੜੀਆਂ ਬਿਲਡਿੰਗਸ ਸੀਗੀਆਂ ਬਣੀਆਂ ਹੋਈਆਂ ਉਹ ਇੱਕ ਬਾਗ ਦੇ ਵਿੱਚ ਬਣੀਆਂ ਹੋਈਆਂ ਸੀ। ਇਸ ਦਾ ਨਿਰਮਾਣ 16th ਸੈਂਚੁਰੀ ਦੇ ਵਿੱਚ ਮੁਗਲ ਬਾਦਸ਼ਾਹ ਅਕਬਰ ਨੇ ਕਰਵਾਇਆ ਸੀ। ਇਸ ਤੋਂ ਬਾਅਦ ਉਹਨਾਂ ਦੇ ਅੱਗੇ ਵੰਸ਼ਜ ਨੇ ਵੀ ਇਸ ਦਾ ਅੱਗੇ ਆਧੁਨਿਕੀਕਰਨ ਜਾਂ ਉਸ ਸਮੇਂ ਦੇ ਨਾਲ ਨਾਲ ਇਸ ਦੀ ਡਿਵੈਲਪਮੈਂਟ ਜਾਰੀ ਰੱਖੀ, ਜਿਨ੍ਹਾਂ ਦੇ ਵਿੱਚ ਜਹਾਂਗੀਰ ਜੀ ਨੇ ਗਰਮ ਅਤੇ ਠੰਡੇ ਹਮਾਮ ਬਣਾਏ ਸੀ, ਅਤੇ ਉਸ ਤੋਂ ਬਾਅਦ ਸ਼ਾਹਜਹਾਂ ਨੇ ਜੋ ਕਿ ਕਲਾ ਦੇ ਬਹੁਤ ਸ਼ੌਕੀਨ ਸਨ, ਉਹਨਾਂ ਨੇ ਇੱਥੇ ਝਰੋਖੇ ਮੁਬਾਰਕ, ਮਹਿਲੇ ਮੁਕੱਦਮ ਅਤੇ ਖੁਆਬੇ ਬਾਗ ਦਾ ਨਿਰਮਾਣ ਕੀਤਾ। ਝਰੋਖੇ ਬਾਗ ਦਾ ਮਤਲਬ ਹੈ ਜਿੱਥੇ ਗੱਲਬਾਤ ਕਰਨ ਲਈ ਜੋ ਕਮਰਾ ਇਸਤੇਮਾਲ ਕੀਤਾ ਜਾਂਦਾ ਸੀ, ਅਤੇ ਮਹਿਲੇ ਮੁਕੱਦਮ ਦਾ ਮਤਲਬ ਹੈ ਜੋ ਕਿ ਹੋਰ ਗਤੀਵਿਧੀਆਂ ਲਈ ਇਸਤੇਮਾਲ ਕੀਤਾ ਜਾਂਦਾ ਸੀ। ਖੁਆਬੇ ਬਾਗ ਜੋ ਕਿ ਇੱਕ ਸੌਣ ਦੇ ਲਈ ਇੱਕ ਕਮਰਾ ਬਣਾਇਆ ਗਿਆ ਸੀ ਖਾਸ, ਉਸਦਾ ਨਾਮ ਸੀ। ਇਹ ਚੀਜ਼ਾਂ ਦਾ ਨਿਰਮਾਣ ਸ਼ਾਹਜਹਾਂ ਜੀ ਨੇ ਕਰਵਾਇਆ ਸੀ। ਇਸ ਸਮੇਂ ਮੇਰੇ ਪਿੱਛੇ ਹੈ ਸ਼ਾਹੀ ਹਮਾਮ ਖਾਨਾ। ਉਹਨਾਂ ਸਮਿਆਂ ਦੇ ਵਿੱਚ ਕੋਈ ਏਅਰ ਕੰਡੀਸ਼ਨਰਸ ਨਹੀਂ ਸੀ, ਕੋਈ ਹੀਟਰਸ ਨਹੀਂ ਸੀ, ਅਤੇ ਕੁਦਰਤੀ ਸੰਸਾਧਨਾਂ ਦਾ ਇੱਕ ਵਧੀਆ ਤਰੀਕੇ ਨਾਲ ਇਸਤੇਮਾਲ ਕਰਕੇ ਉਹਨਾਂ ਨੂੰ ਕੁਦਰਤੀ ਤੌਰ 'ਤੇ ਹੀ ਆਪਣੇ ਅਨੁਸਾਰ ਢਾਲਿਆ ਜਾਂਦਾ ਸੀ ਅਤੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਜਿਹੜਾ ਸ਼ਾਹੀ ਹਮਾਮ ਖਾਨਾ, ਇਸ ਦੇ ਵਿੱਚ 3 ਕਮਰੇ ਨੇ। ਇਹਨਾਂ 3 ਕਮਰਿਆਂ ਦਾ ਅਲੱਗ ਅਲੱਗ ਇਸਤੇਮਾਲ ਹੁੰਦਾ ਸੀ। ਇੱਕ ਕਮਰੇ ਦੇ ਵਿੱਚ ਪਾਣੀ ਗਰਮ ਹੁੰਦਾ ਸੀ, ਦੂਸਰੇ ਕਮਰੇ ਦੇ ਵਿੱਚ ਆਰਾਮ ਕੀਤਾ ਜਾਂਦਾ ਸੀ, ਅਤੇ ਤੀਸਰੇ ਕਮਰੇ ਦੇ ਵਿੱਚ ਉਹ ਚੇਂਜ ਕਰਨ ਲਈ ਰੱਖਦੇ ਸੀਗੇ। ਆਓ ਜੀ ਹੁਣ ਆਪਾਂ ਦੇਖਦੇ ਹਾਂ ਇਸ ਜਿਹੜਾ ਸ਼ਾਹੀ ਹਮਾਮ ਖਾਨਾ, ਇਸ ਦੇ ਵਿੱਚ ਕਿਸ ਤਰ੍ਹਾਂ ਦੀ ਬਣਾਵਟ ਹੈ। ਜਿਹੜਾ ਇਹ ਹਮਾਮ ਇਸ ਤਰ੍ਹਾਂ ਇੱਥੇ ਮੌਜੂਦ ਹੈ, ਉਸੇ ਤਰੀਕੇ ਦਾ ਹਮਾਮ ਫਤਿਹਪੁਰ ਸੀਕਰੀ ਦੇ ਵਿੱਚ ਵੀ ਹੈ, ਉਸੇ ਹੀ ਤਰੀਕੇ ਦਾ ਹਮਾਮ ਟਰਕਿਸ਼ ਜਿਹੜੇ ਮੁਗਲਸ ਨੇ ਉਹ ਯੂਜ਼ ਕਰਦੇ ਸੀ ਉਸ ਸਮੇਂ ਦੇ। ਆਓ ਜੀ ਹੁਣ ਆਪਾਂ ਚੱਲਦੇ ਹਾਂ, ਦੇਖਦੇ ਹਾਂ ਕੀ ਇਹ ਹੈ ਜੀ ਪਾਣੀ ਦਾ ਤਲਾਅ, ਜੋ ਕਿ ਆਮ ਖਾਸ ਬਾਗ ਦੇ ਵਿੱਚ ਮੌਜੂਦ ਹੈ। ਮੈਂ ਇਸ ਸਮੇਂ ਖੜ੍ਹੀ ਹਾਂ ਸ਼ੀਸ਼ ਮਹਿਲ ਅਤੇ ਰੰਗ ਮਹਿਲ ਦੇ ਵਿਚਕਾਰ, ਜਿਸ ਦੇ ਵਿੱਚ ਇੱਕ ਮਹਿਤਾਬੀ ਚਬੂਤਰਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਇੱਕ ਖੂਹ ਹੈ, ਉਸ ਖੂਹ ਦਾ ਪਾਣੀ ਸ਼ੀਸ਼ ਮਹਿਲ ਅਤੇ ਰੰਗ ਮਹਿਲ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਉਸ ਤੋਂ ਇਲਾਵਾ ਇਸੇ ਖੂਹ ਦਾ ਪਾਣੀ, ਜਿਹੜਾ ਵਿਚਕਾਰ ਬਹੁਤ ਵੱਡਾ ਤਲਾਅ ਹੈ, ਉਹਨੂੰ ਭਰਨ ਦੇ ਲਈ ਵੀ ਇਸਤੇਮਾਲ ਹੁੰਦਾ ਸੀ। ਮੇਰੇ ਇੱਕ ਤਰਫ ਹੈ ਦੌਲਤ ਖਾਨਾ ਅਤੇ ਦੂਸਰੀ ਤਰਫ ਹੈ ਸਰਦ ਖਾਨਾ। ਇਹ ਮੁਗਲਾਂ ਦੇ ਦੌਰਾਨ ਇੱਕ ਬਹੁਤ ਹੀ ਮਸ਼ਹੂਰ ਇਮਾਰਤਾਂ ਸੀਗੀਆਂ, ਅਤੇ ਆਮ ਖਾਸ ਬਾਗ ਦੇ ਵਿੱਚ ਇਹ ਇਮਾਰਤਾਂ ਨੂੰ ਸ਼ਾਹੀ ਲੋਕ ਆਰਾਮ ਕਰਨ ਦੇ ਲਈ ਇਸਤੇਮਾਲ ਕਰਦੇ ਸੀ। ਇਹ ਇਮਾਰਤਾਂ ਦੇ ਵਿੱਚ ਉਸ ਸਮੇਂ ਦੇ ਪੂਰੇ ਆਲੀਸ਼ਾਨ ਸੀ, ਜਿਹੜੀਆਂ ਸਹੂਲਤਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀ। ਆਮ ਖਾਸ ਬਾਗ 1970 ਵਿੱਚ ਆਮ ਖਾਸ ਬਾਗ ਨੂੰ ਰਾਸ਼ੀ ਮੁਹੱਈਆ ਕਰਵਾਈ ਗਈ ਇਸ ਦੇ ਰੱਖ ਰਖਾਵ ਦੇ ਲਈ। ਉਸ ਤੋਂ ਬਾਅਦ 1975 ਦੇ ਵਿੱਚ 15 ਅਗਸਤ 1975 ਨੂੰ ਇਹ ਆਮ ਲੋਕਾਂ ਦੇ ਲਈ ਖੋਲ੍ਹਿਆ ਗਿਆ, ਅਤੇ 1976 ਦੇ ਵਿੱਚ ਇਹ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੇ ਅੰਡਰ ਆਇਆ, ਆਰਕੋਲੋਜੀਕਲ ਡਿਪਾਰਟਮੈਂਟ ਦੇ ਅੰਡਰ ਆਇਆ। ਅਤੇ ਆਮ ਖਾਸ ਬਾਗ ਹੈ ਜਿਹੜਾ, ਇਹ ਉਸ ਸਮੇਂ ਦੇ ਵਿੱਚ ਇੱਕ ਸੈਂਟਰ ਪੁਆਇੰਟ ਮੰਨਿਆ ਜਾਂਦਾ ਸੀ ਲਾਹੌਰ ਅਤੇ ਦਿੱਲੀ ਵਿਚਕਾਰ, ਅਤੇ ਉੱਥੇ ਦੇ ਜਿਹੜੇ ਮੁਗਲ ਰਾਜਾ ਸੀ ਜਿਵੇਂ ਜਹਾਂਗੀਰ, ਸ਼ਾਹਜਹਾਂ, ਅਕਬਰ ਅਤੇ ਹੋਰ ਲੋਕ, ਰਾਸਤਾ ਬਹੁਤ ਲੰਬਾ ਹੋਣ ਕਰਕੇ ਉਹ ਇੱਥੇ ਸਟੇਅ ਕਰਦੇ ਸੀ। ਉਸ ਟਾਈਮ ਦੇ ਵਿੱਚ ਕੋਈ ਲਗਜ਼ਰੀ ਹੋਟੈਲਸ ਤਾਂ ਹੁੰਦੇ ਨਹੀਂ ਸੀ ਕਿ ਤੁਸੀਂ ਕਿਤੇ ਵੀ ਜਾਓ ਅਤੇ ਤੁਹਾਨੂੰ ਉੱਥੇ ਬੁਕਿੰਗ ਕਰਵਾਓ, ਤੁਸੀਂ ਰਹਿ ਸਕਦੇ ਹੋ। ਅਤੇ ਇਸ ਕਰਕੇ ਉਹਨਾਂ ਨੇ ਆਪ ਰਸਤੇ ਦੇ ਵਿੱਚ ਆਰਾਮ ਫਰਮਾਉਣ ਦੇ ਲਈ ਇਸ ਦਾ ਨਿਰਮਾਣ ਕਰਾਇਆ ਸੀ। ਆਮ ਖਾਸ ਬਾਗ ਦੇ ਵਿੱਚ ਸਾਰਾ ਸਾਲ ਬਹੁਤ ਸੈਲਾਨੀ ਆਉਂਦੇ ਨੇ। ਆਓ ਜੀ ਜਾਣਦੇ ਹਾਂ ਇੱਥੇ ਉਹਨਾਂ ਨੂੰ ਕੀ ਦੇਖਣ ਨੂੰ ਮਿਲਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਥੋਂ ਆਏ ਹੋ? ਅਸੀਂ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਆਏ ਹਾਂ। ਤਰਨ ਤਾਰਨ? ਹਾਂਜੀ। ਅਤੇ ਇੱਥੇ ਕੀ ਦੇਖਿਆ ਤੁਸੀਂ, ਤੁਹਾਨੂੰ ਕੀ ਅੱਛਾ ਲੱਗਿਆ? ਇੱਥੇ ਆਮ ਖਾਸ ਬਾਗ ਅਤੇ ਇਤਿਹਾਸਿਕ ਜਗ੍ਹਾ ਹੈ, ਸਾਨੂੰ ਕਿਸੇ ਨੇ ਦੱਸਿਆ ਸੀ ਇਸ ਬਾਰੇ, ਅਤੇ ਇੱਥੇ ਅਸੀਂ ਵੇਖਣ ਆਏ ਹਾਂ, ਹਜੇ ਦੇਖ ਰਹੇ ਹਾਂ। ਹਾਂਜੀ ਮੈਮ। ਹਾਂਜੀ ਮੈਮ, ਅਸੀਂ ਵੀ ਤਰਨ ਤਾਰਨ ਸਾਹਿਬ ਤੋਂ ਹੀ ਆਏ ਹਾਂ, ਔਰ ਅਸੀਂ ਸਰਹੰਦ ਸਾਹਿਬ ਦਰਸ਼ਨ ਕਰਨ ਆਏ ਸੀ। ਫਿਰ ਸਾਨੂੰ ਇੱਥੇ ਕਿਸੇ ਨੇ ਦੱਸਿਆ ਕਿ ਹਿਸਟੋਰੀਕਲ ਜਗ੍ਹਾ ਹੈਗੀ ਹੈ, ਫਿਰ ਅਸੀਂ ਉੱਧਰ ਦੇਖਣ ਵਾਸਤੇ ਆਏ ਹੈਗੇ। ਇਸ ਬਿਲਡਿੰਗ ਦਾ ਨਾਮ ਹੈ 9 ਘਰਾਂ, ਜਿਸ ਦੇ ਵਿੱਚ ਸ਼ਾਹਜਹਾਂ ਨੇ
कमरे बनवाए सी ते एहे कमरे शाही लोकां दे लई रखे गए सी ते इन्हां कमरियां दे विच बहुत ही कलाकृतियां हन। पूरे दे पूरे कमरियां दे विच बहुत ही खूबसूरत नकाशी कीती हुई है ते इह भी मन्निया जांदा सी कि बाहरी हमलियां तों बचण लई इह जिहड़ी जगह है बहुत ही कामयाब है। इह है जी आम खास बाग दे विच बाग जो कि उस समय तो लैके इस समय दे विच हरिया भरिया है। इस दे विच इस समय मैं अंबां दे बहुत वड्डे वड्डे रुख देख रही हाँ, अमरूदां दे रुख ने। मन्निया जांदा है कि उस समय दे विच उस समय दे अकॉर्डिंगली फल फुल ते कुछ जड़ी बूटियां भी उगाइया जांदियां सी ते इह जिहड़ी एक नैचुरल ब्यूटी है आम खास बाग दे नूं बहुत ही ज़्यादा सोहना बना दिंदी है ते इत्थे आ के बहुत ही ज़्यादा रिलैक्सेशन एंड स्ट्रैस फ्री फील हुंदा।